ਇਹ ਉਹ ਦਿਨ ਹੈ ਜਿਸ ਦਿਨ 1947 ਵਿੱਚ ਸਾਡੇ ਹਿੰਦੁਸਤਾਨੀਆਂ ਨੇ ਆਜ਼ਾਦ ਜਿਹੜਾ ਵਿੱਚ ਸਾਹ ਲਿਆ ਲਗਭਗ 200 ਸਾਲ ਦੀ ਗੁਲਾਮੀ ਤੋਂ ਬਾਅਦ ਇਹ ਦਿਨ ਭਾਰਤ ਵਾਸੀਆਂ ਨੂੰ ਨਸੀਬ ਹੋਇਆ। ਇਹ ਆਜ਼ਾਦੀ ਦਿਨ ਦੇਖਣ ਲਈ ਜਾਂ ਮਨਾਉਣ ਲਈ ਸਾਡੇ ਪੁਰਖਿਆਂ ਨੂੰ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ। ਆਜ਼ਾਦੀ ਦੀ ਖਾਤਰ ਸਾਡੇ ਸੂਰਬੀਰਾਂ ਨੇ, ਦੇਸ਼ ਭਗਤਾਂ ਨੇ ਹੱਸ ਹੱਸ ਕੇ ਫਾਂਸੀਆਂ ਦੇ ਰੱਖੇ ਚੁੱਕੇ, ਜਿਲ੍ਹਾਂ ਕੱਟੀਆਂ, ਤਰ੍ਹਾਂ ਤਰ੍ਹਾਂ ਦੇ ਤਸੀਹੇ ਤੇ ਤਾਂ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ। ਉਹਨਾਂ ਦੇਸ਼ ਭਗਤਾਂ, ਉਹਨਾਂ ਸੂਰਬੀਰਾਂ ਦੀਆਂ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ। ਗੁਲਾਮ ਅਤੇ ਆਜ਼ਾਦ ਮੁਲਕਾਂ ਦਾ ਵੀ ਕੀ ਫਰਕ ਹੁੰਦਾ? ਅੱਜ ਜਿਹੜਾ ਅਸੀਂ ਸਟੇਜਾਂ 'ਤੇ ਆ ਕੇ ਆਪਣੀ ਗੱਲ ਬਈ, ਆਪਣੇ ਵਿਚਾਰ ਜਿਹੜੇ ਉਹ ਦੱਸਦੇ ਹਾਂ, ਉਹ ਸਿਰਫ ਜਿਹੜੇ ਆਜ਼ਾਦ ਸ਼ਹਿਰੀ ਹੈ ਉਹਨਾਂ ਨੂੰ ਹੱਕ ਹੈ। ਗੁਲਾਮ ਕੌਮਾਂ ਨੂੰ ਜਾਂ ਗੁਲਾਮ ਵਿਅਕਤੀਆਂ ਨੂੰ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ। ਜਦੋਂ ਹਿੰਦੂ ਸੋਹਣਿਆ ਦੇਸ਼ਾਂ ਅੰਤਰ ਦੇਸ਼ ਪੰਜਾਬ ਨਹੀਂ ਸਹੀ ਹੋ।